ਪਾਣੀ ਵੀ ਮਾਰੀ ਆ ਮਾਰੀ ਤਾਂ ਨਹੀਂ ਆ ਮਾਰੀ ਤਾਂ ਨਹੀਂ ਆ ਐਂ ਹੱਥ ਲੈਂਦੀ ਆ ਨਾ ਜਿਵੇਂ ਹੱਥਾਂ ਨੂੰ ਮਹਿੰਦੀ ਲੱਗੀ ਹੋਈ ਏ ਅੱਲਾ ਜਾਣੇ ਕਾਲੇ ਮੂੰਹ ਵਾਲਾ ਕਿਦੇ ਵਾਗ ਗਿਆ ਮਿੱਟੀ ਚਾ ਕੇ ਚ ਦਿੰਦਾ ਲੁਕਦਾ ਹੀ ਵਦਾ ਲੁਕਦਾ ਹੀ ਵਦਾ ਹੁਣ ਕੀ ਹੋ ਗਿਆ ਕੀ ਹੋ ਗਿਆ ਮਿੱਟੀ ਚਾ ਕੇ ਤਾਂ ਤੈਨੂੰ ਪਤਾ ਮੈਂ ਧੁੱਪ ਤੇ ਬੈਠੀ ਹੋਈ ਆ ਪਹਿਲਾਂ ਇਹ ਤਾਂ ਧੁੱਪ ਤੇ ਬੈਠੀ ਹੋਈ ਆ ਬਲਾ ਤੂੰ ਆਪ ਸਮਝਦਾਰੀ ਤੂੰ ਕੰਮ ਲੈ ਆ ਦੀ ਅੱਖੀ ਤੂੰ ਕੰਮ ਲੈ ਅੰਮਾ ਮੇਰੇ ਕੱਪੜੇ ਵੇਖ ਮਿੱਟੀ ਲੱਗ ਜਾਵੇ ਕੱਪੜੇ ਨੂੰ ਤਮੋੜ ਹਾਂ ਤੇਰੇ ਤੇ ਕੱਪੜੇ ਨੂੰ ਮਿੱਟੀ ਲੱਗ ਜਾਵੇ ਫਿਰ ਲੈ ਨਹੀਂ ਤੇ ਕੋਈ ਨਹੀਂ ਹੈਗੀ ਕੱਪੜੇ ਪਾਣੀ ਕੇ ਕੱਪੜੇ ਜਾਂ ਤੂੰ ਨਾਨਾ ਨਹੀਂ ਹੈਗਾ ਅਗਰ ਮਿੱਟੀ ਚਾ ਕੇ ਦੇ ਗੱਲਾਂ ਵਾਹ 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 ਜਿਸਲ ਤੂੰ ਕੱਪੜੇ ਧੋ ਕੇ ਦੇਣੀ ਹੈ ਉਸਲ ਸੌ ਸੌ ਨਾਲ ਗੱਲਾਂ ਕਰਨੀ ਹੈ ਐਵੇਂ ਨਹੀਂ ਸੋ ਧੋ ਕੇ ਦੇਣੀ ਹੈ ਕਲਾਮਾਂ ਕਰਨੀ ਹੈ ਲਓ ਜੀ ਮਿੱਟੀ ਲੱਗ ਗਈ ਤੇਰੇ ਕੱਪੜੇ ਨੂੰ ਫਲਾਣੀ ਸਾ ਲੱਗ ਗਈ ਤੇਰੇ ਕੱਪੜੇ ਨੂੰ ਮੈਂ ਤੁਹਾਡੇ ਨੌਕਰ ਕੋਈ ਨਹੀਂ ਲੱਗਾ ਤੇ ਲਿੰਬਦੀਆਂ ਪਈਆਂ ਨੇ ਤਾਂ ਦੀ ਪਰ ਲਿੰਬਦੀਆਂ ਪਈਆਂ ਨੇ ਮੈਂ ਤਾਂ ਅੰਦਰ ਪੱਖੇ ਤੇ ਬੰਦਾ ਪਿਆ ਅੰਦਰ ਨਾ ਵਾਲੇ ਤਾਂ ਬਾਹਰ ਨਿਕਲ ਕਾਲੇ ਮੂੰਹ ਵਾਲੇ ਆ ਗਏ ਨੇ ਵੇ ਤਾਂ ਬਾਹਰ ਨਿਕਲ ਆ ਮੈਂ ਕਹਾਂ ਆ ਗਏ ਨਾ ਤਮਾ ਗਰਮਾਲਾ ਮਾਰ ਕੇ ਤੇ ਮੈਂ ਸਿਰ ਪਾੜ ਦੇਸਾਂ ਮੈਂ ਆਂਦਾ ਪਿਆ ਮੈਨੂੰ ਬੜੀ ਗਰਮੀ ਲੱਗਦੀ ਪਈ ਮੈਂ ਅੰਦਰ ਬੈਠਾ ਅੰਦਰ ਬੈਠੋ ਆ ਅੱਲਾ ਕਰੇ ਬੱਤੀ ਵਾਗ ਜਾਵੇ ਤਾਂ ਤੂੰ ਬਾਹਰ ਨਿਕਲ ਆਵੇਂ ਤੈਨੂੰ ਤਾਂ ਸ਼ਰਮ ਨਹੀਂ ਆਏਗੀ ਜੋ ਖਪਦੀਆਂ ਪਈਆਂ ਧੁੱਪ ਤੇ ਮੈਂ ਮਿੱਟੀ ਚਾਕ ਦੇਵਾਂ ਚਾ ਅੱਲਾ ਜਾਣੇ ਕਦੋਂ ਤੈਨੂੰ ਸ਼ਰਮ ਆਸੀ ਸੁਗਰੇ ਮੇਰੀ ਦੀ ਤੂੰ ਹੀ ਮੈਨੂੰ ਮਿੱਟੀ ਲਿਆ ਕੇ ਦੇ ਚ ਇਹ ਤਾਂ ਬੰਦਾ ਖਾਵਣ ਦਾ ਹੀ ਏ ਖਾ ਲੱਕ ਕੇ ਅੰਦਰ ਜਾ ਕੇ ਵੜ ਜਾਂਦਾ ਬੇਗੈਰਤ ਸ਼ਰਮ ਆਇਆ ਕੋਈ ਨਹੀਂ ਆ ਵੇਖੇ ਨਾ ਮੁਲਕ ਸਾਰੇ ਮਿੱਟੀਆਂ ਗਤੇ ਲੈਂਦੇ ਪੈਣ ਤੂੰ ਈਦ ਲੱਗੀ ਹੁੰਦੀ ਹੈਗੀ ਤੇ ਆਪਣਾ ਗਾਂਦ ਖਿਲ ਰਿਆ ਰਾਸੀ ਅਗਲੀਆਂ ਅਕਸਰ ਇਹਨਾਂ ਕੋਲ ਮਿੱਟੀ ਨਹੀਂ ਲੱਗਦੀ ਇਹਨਾਂ ਦੇ ਬੰਨੇ ਹੋਏ ਐ ਖਾ ਪੀ ਕੇ ਦਬਾਹ ਜਾਂਦੀਆਂ ਅਗਲੀਆਂ ਗੱਲਾਂ ਤਾਂ ਮੈਨੂੰ ਕਰਨੇ ਨੇ ਇਸ ਕਾਲੇ ਮੂੰਹ ਵਾਲੇ ਨੂੰ ਕਾਹ ਗੱਲਾਂ ਕਰਨੀਆਂ ਹੈਗੀਆਂ ਹੁਣ ਚਾਲ ਵੇਲੀ ਓਏ ਭਾਈ ਤੇਰੀ ਮਾਂ ਲੈ ਉਨੀ ਆ ਜਿਆਦੀ ਗੱਲ ਤਾਂ ਕਰ ਫੀ ਮੇਰੀ ਮਾਂ ਤੱਕ ਨਾ ਜਾ ਆਏ ਕੋ ਆਕੜੀ ਨਾ ਕੀਤੀ ਕਰ बड़ी तो आकड़ नहीं आएगी ये लख लानत काले मुंह वाले के काम ना ना बंदा कर सके तो अगले बंदे ने भी नाक पावे इवें नहीं तू जानना तेन मैं बजासा नहीं हुण आ जावी मैं धुप ते बैठी हुई हां मैं छां ते बैठी हुई हां मैं भी ना धुप ते ही बैठी हां लख लाना ते हुण ते मैनू लबेड़े आई आ बड़ी तेरे च अक्कड़ चा के मरेंदी पई अल्ला माई मिंच गाया ना कर आ मुंह उत्ते मरे समिटी दा थोब्बा एवें मुंह उत्ते मार से भाई मैं ठोक भी देवणी है मैं लगदा तू मेरे कोलो ना काम नहीं लऊ मैं पर दा फौज मेरे कोलो अच्छा ए गल मैं आ जांदी पई आपे लगी रह मखूला माशाल्लाह माशाल्लाह अम्मा तो भाई चास कराई बैठी है मिटियां वाली आ गया हैं अम्मा धड़ा लेंब ते बना जोर ते आए कपड़े दर्जी कुल चा ते आए घरे तेरे कोल आया खड़ा ते मैंने और तू ये दस तेरा रंग काला हो जा सी धूप ते ना बैठी रही कार तेरा मुकाला करा आ काय करना ओए अम्मा ठड्डे टाइम पर बेड़ी दो लनी दी नवा सूट नहीं मंगी बना तेरे बन्ने काम कर पैसे कमा नवे बाने गत नवी जुतियां तू लूर लूर कर के कबूतर उड़ा नहीं तो तू के वास्ते तू काम नहीं करता पे तो मैं काम करता पे आप वास्ते अम्मा वास्ते तू आज आपे कर वाह भाई वाह सिर्फ अपोन दे टेट ते हाथ मारन वास्ते मैं जिस दिन काम करना है ना मैं सारे खानदान नु पालना है मैं सारे दे जितियां कपड़े ले के ते करना बाली खड़ा बाली खड़ा आज टेट ते तो हाथ मारना अरे तू बाई कोता देख ले ਕਈ ਮਿੱਟੀ ਲੈਂਦੀ ਪਿਆ ਬਹੁਤ ਦੋ ਕਬਾਈ ਗਈ ਕੁੱਤੇ ਤਰ੍ਹਾਂ ਤੇ ਮੇਰੇ ਅੱਖੇ ਨਾ ਲੱਗਾ ਤੇ ਮੈਂ ਤੇ ਜਾ ਕੇ ਪੱਖੇ ਤੇ ਸੁਣਦਾ ਪਈ ਜੋ ਮੈਂ ਸਮਾਣੀ ਆਦੀ ਨਹੀਂ ਦਿੱਤੀ ਬੈਠਾ ਇੱਥੇ ਐਡੀ ਗੋਰੀ ਚਿੱਟੀ ਕਾਲੀ ਕਰਨ ਵਾਸਤੇ ਇਹ ਤੇ ਸਮਾਣੀ ਵੇਖ ਲੈ ਉਹ ਵੀ ਜਾ ਕੇ ਅੰਦਰ ਵੜ ਕੇ ਬਾਹ ਗਈ ਤੇ ਕੋ ਕਲਿਆ ਮੈਂ ਨਹੀਂ ਰਵਣਾ ਸਾਰਾ ਦਿਨ ਮੈਂ ਧੁੱਪ ਤੇ ਸੜ ਗਈਆਂ ਸਾਰੀ ਦੀਵਾਰ ਲਿੱਪੀ ਆ ਵੇਖ ਲੈ ਦੋ ਕੋਠਿਆਂ ਦੀ ਅੱਗਲ ਕੱਢੀ ਖਲੋਤੀਆਂ ਮੇਰੇ ਅੱਖੇ ਕੋਈ ਨਹੀਂ ਲੱਗਦੀ ਇੱਕ ਤਬਾਕੜੇ ਉਸ ਮਿੱਟੀ ਦਿੱਤੀ ਹੈ ਉਹ ਵੀ ਉਹ ਤਾਂ ਬੋਕ ਬੋਕ ਕੇ ਮੈਨੂੰ ਗੱਲਾਂ ਸੁਣਾ ਸੁਣਾ ਕੇ ਅੰਦਰ ਜਾ ਵੜੀ ਹੈ ਆਇਓ ਤੂੰ ਜੋ ਕੰਮ ਨਹੀਂ ਕਰਨਾ ਤੇ ਆਦੀ ਰਨ ਵੀ ਕੰਮ ਨਹੀਂ ਕਰਾਂ ਦੇਣਾ ਮੁੱਜੂ ਆ ਓ ਬੇਵਕੂਫ ਆ
मरना गत ते खलो रिया है हां टाली ईद कर से जा करे ना भावे की कर रेट कर भावे बे रेट भावे टाली है हां तन को नहीं कौन तिने तो कमाईया मेनू कार के दित्ती खा हां सा कर ला पर दफा कर मिट्टी रेडी कड्डी खली गई का पोतरा छोड़ जी राय दिया चंगा बवाल गात ले लिए आ त्रेंगल पीत आ छाड़ परा मामा ठडिया छावा इत छा दिया आई ते गर्मी धूल कड्डी कली अम्मा ओ ओ धूपे अम्मा ही घर हां हां धो लाए अच्छा ₹1000 शामी जावा अम्मा तू हुणे जा शामी आ जा वड्डल ते ईद ए भी तेरी गल ठीक है आ जेबो जेबो अल्लाह जाने अंदर जाके ओरा बाजा जेड़ तेरी भरजाई है ना जट्टी ओनू ई दे आवीए चलो ठीक है चलो हां मुड़ मैं जानदी पई हूं हां जाओ ते आवन करो अम्मा कपड़े बदल लवाई है सही ओए ये सही है मैं ना गत्ती खलियां ये ठीक है ना आ जा ला ना ध्रुवी जाए एडो खगे में सिवात लेंदे ना बजाई जांदी वाह भाई वाह कोई गल करण वाले मैं सारा जहान मना पे आवे मैं कोई नी मनी मना मैं उसे टाली दे हेठ जांदा पे मैं उथे बस उथे ही रस हूं ईद भी उथे ही करांगा रोटी कपड़ा थिगड़ी वेरी गुड शाबाश तू मेरा यार है और पक्का यार है इस वास्ते तो तेनू मैं यार बनाया होया तू यार नहीं तू मेरा संसार है संसार दा मतलब मगरमच्छ नहीं मेरा मतलब अखड़ दे सारा जहान मेरा तू है मेरी कुल कायनात तू है सारा कोई तू है ना मैं मां दी मन्ना प्यो दी ना मन्ना मैं चौधरी दी ना मन्ना मैं किसे दी ना मन्ना सिर्फ तेरी मन्ना ए आ जा रल के चलने है उथे रल के आदी जिंदगी ते बाकी दे दे ओ तेरा बाकी दा जिंदगी दा डंग जड़े है ना तू मेरा बुआ ते काट ला जा आ तेरा बुआ भी सामा ही है ऐ टाली है मैं तेरे बुए ते कोई नहीं रहना मैं टाली ते रहना ਤਾਲੀਏ ਕਿ ਮੇਰਾ ਘਰ ਹੈ ਚਲ ਆ ਜਾ ਮੋੜ
तू जेन ना टाली चरने आजा डिबरिया ऐठे बैठे आराम नाल मसल्ला डाक ओ किदे जांदा पे आ ओ मां ता तेरी परु आ के बैठा ऐठे तू मेरे कोल बवा ऐठे मां तेरे कोल बवा कोई दुख सुख दिया तू करे कोई मैं करा हा चलो हुन तेरे नाल कर लेने तू कड़ा होंदा तू गल आज तू और मैनू कुत्ते नाल लड़ाई बैठा नहीं नहीं कुत्ते दी ता वैल्यू ज्यादा है क्योंकि वो तागू को जवाब तो नहीं देंदा तू तागू पै करना जीन्या हां जी अब्बा जब दे वड्डा हो खावन लगया तई इना दूर छाड़ देना है तेरी बहन दी शादी हो जानी पीछे आपा कल्ले रह जसा जब दे वड्डा हो चलो तेरी शादी करसा रौनक लगी रा सी गाते अब्बा रहन दी शादी देना आ राड़ा करना ना अस्सलाम वालेकुम वालेकुम सलाम की हाल ने भाई ठीक है सीधो बैठो बैठो ओ बहन साबरा बैठो सोनिया कोई नहीं किधर गई है इत्थे ही है गाड़ी किधर पर जाई मां मिले ना आई अम्मा पता की एक मैं ट्यूबवेल ते जाके ले आंदे ने धो के कपड़े अच्छा करके रख दे पई सी ते लिंबदी पई सी सारा कुछ बस वेड़ा ही रह गया है बजी बजी जा अम्मा ते आपदी नो नु ई दे के आ मम्मी मामी नाल जावना है बाबी मामी मिलने आवा मैं बाजे पता नहीं टाइम लग सी ना लग सी मेरी धी लाए लमी बहन साबरा को ठंडे टाइम आ जामी तू धूप च टोर पई है मैनू कदों वावण दिता सुगार हो ओदर मेरा ताई ना सिर ते बाह रख लैंदा मैनू तत्ते तू भार रखिया तू हुणे जा मुड़ वेखे ना बिरावा औलाद दी गल्लां मन्नियां सही गल हैं औलाद दी ना मन्निए ते होर कहिंदी मन्निए अम्मा भाई रमजी ते सुगरी दी सुनाओ सब ठीक ने हां माशाल्लाह ठीक ठाक हैं शुक्र अल्लाह पाक दा आप दे घर है चैन ते केड़ा रमजी आई ना ओ रमजी ना बड़ी आखी मेरे नहीं लगदा पे अल्लाह जाने उनू की होया वदा है गई ऐ बुकाई लाई रखदा है लोहा लाई रखदा है आखी मेरे लगाने चमदा ही नहीं सारा दिन में खप गई मिट्टी लेंदी ते शर्म नहीं आंदा सो भी आपकी मां नु ना कोई मिट्टी फदा चवा थोबी चलो मिट्टी ला लवे ते ओ जड़ी दूई है मेम है ओ मेम जड़ी हैगी है मेरे वाली नो ओ असलू मेरे ते अम्मा मौला भी नहीं कोई काम करांदा पे अल्लाह का शुक्र है मौला बख्शता काम करता पिया मेरी दी करिए बेफिक्र हो जाओ ਤੁਸੀਂ ਜਾਓ ਅੱਲਾ ਨੂੰ ਯਾਦ ਕਰਕੇ ਨਾ ਆਪਾਂ ਇਸ ਤੋਂ ਬਾਅਦ ਇਨਸ਼ਾਅੱਲਾ ਇਹ ਕੰਮ ਨਿਬੇੜਾਂ ਠੀਕ ਹੈ ਜਾਊਂਗਾ ਮੈਂ ਮੇਲਾ ਨਹੀਂ ਬਰਜਾਈ ਨੂੰ ਮੇਰੀ ਪਠਾਣੀ ਮੇਲਾ ਏ ਠੀਕ ਹੈ ਭਾਬੀ ਹਾਂਜੀ ਠੀਕ ਚੱਲ ਤੇ ਵੀ ਆਪਣਾ ਖਿਆਲ ਰੱਖੀ ਤੇ ਸੁਗਰੀ ਨੂੰ ਮੇਰੀ ਦੁਆ ਸਲਾਮ ਦੇਈ ਚੰਗਾ ਬਾਬਾ ਭਾਈ ਰਮਜ਼ੀ ਨੂੰ ਵੀ ਦੁਆ ਸਲਾਮ ਦੇਈ ਮੇਰੀ ਚੰਗਾ ਵੇ ਸੀਨਿਆ ਓਡਾ ਹੀ ਰਹਿ ਗਿਆ ਜਿਹੜਾ ਹੈ ਨਾ ਉਹ ਤਾਂ ਉਹਨਾਂ ਨੇ ਠਾਉਣਾ ਹੈ ਏ ਅੰਮਾ ਉਹ ਜੇ ਸਾਂ ਦੱਸੇ ਕੋਈ ਨਹੀਂ ਤੇ ਤੈਨੂੰ ਪੰਨਾਵਾਂ ਤੇ ਵਣਾ ਜਪਦੇ ਪਰਨੀਤ ਨਿੱਕੇ ਨਿੱਕੇ ਜਾਮ ਤੇ ਖਾਇ ਖਿਡਾਈਏ ਤੇ ਜਾਈਏ ਹੂੰ ਸ਼ੋ ਨਾ ਕਰ ਪਿਆ ਹੋਰ ਕੀ ਕਰਾਂ ਮਾਸ਼ਾਅੱਲਾ ਅਮਾ ਆ ਗਈਆਂ ਆ ਗਈਆਂ ਡਾਡੀ ਗਰਮੀ ਆਈ ਹੈ ਦੇ ਆਈਆਂ ਮੇਰੇ ਪੋਤਰੀ ਦਾ ਹੁਣਾ ਵਨ ਵਧੀ ਆਈ ਮਾਸ਼ਾਅੱਲਾ ਠੀਕ ਠਾਕ ਵਧੀ ਆਈ ਹੈਰਾਨ ਕੱਡੀ ਵਧੀ ਸਵਣਦਾ ਹਾਂ ਡਾਡੀ ਧਿਆਨ ਵਧੀ ਆਈ ਲੈ ਵੀ ਛੇ ਵੀ ਕਰਦੀ ਵਧੀ ਮਿੱਟੀ ਛਿੱਤੀ ਉਹ ਵੀ ਲੈਂਦੀ ਵਧੀ ਆਈ
मरना पाए बैठी बुआ दे मरना कर आप दया सत्तर गत आप दया खबरदार सत्तर का ना चले मैं पोत्र का व्याह भी करने तू सत्तर सत्तर की बैठी तेरा पोत्र है ना नबाबड़ी को मैं हां गले लेकिन हे पेंट दा चौधरी लेकिन काम कमी आ लेन चौधरी बनाया खाया उसने पुत्र मौला बख्शा अपन ना काम में बावे कमी है बावे चौधरी है लगा जान दे ले असल दो लाना सूट दा चौधरी ला जाना आ सूट भी ला जाना सूट देख भी ला ले उन ना ला ले आ जो मर्जी कर जल्दी जल्दी मेरे साइन इस घर च लेके आ जा हां ना भाई ले जा तुम ले अच्छा भाई ला जा पर आ सूट ने मुंह ते मार ते उन लाया आ शौकी आ भूतड़े आ उका लेके आओ दलील दे बच्चे ने होण लाओ चोरी साहब मैं आ गया सही बख्या ही नहीं है चोरी साहब दे मैं हुण नवा बखा के आया ताजा ਤੁਸੀਂ ਸੂਟਾ ਮਾਰੋ ਤਾਂ ਆਟਕ ਮੈਟਿਕ ਮਹਿਸੂਸ ਹੋ ਜਾਸੀ ਆ ਮਾਰ ਲੈ ਸੂਟਾ ਤੇ ਗੱਲ ਸੁਣ ਲਾ ਮੇਰੀ ਹੁਕਮ ਜੀ ਇਲਾਕੇ ਵਾਲੇ ਮੇਰੀ ਇੱਜ਼ਤ ਕਰਨ ਜਾਂ ਨਾ ਕਰਨ ਤੁਸੀਂ ਕਰਨੀ ਹੈ ਕਿਉਂਕਿ ਤੁਸੀਂ ਮੇਰੇ ਨੌਕਰ ਹੋ ਤੁਹਾਡੇ ਸਾਥ ਇਲਾਕੇ ਵਾਲੇ ਤੁਹਾਡੇ ਤੇ ਲਾਂਤਾ ਪਾਈ ਰੱਖਣ ਅਸੀਂ ਨਹੀਂ ਪਾ ਸਕਦੇ ਉਹਦੀ ਵਜ੍ਹਾ ਕਿ ਤੁਸੀਂ ਸਾਡੇ ਚੌਧਰੀ ਹੋ ਹਾਂ ਹਾਂਜੀ ਬਿਲਕੁਲ ਅਸੀਂ ਤੁਹਾਨੂੰ ਚੌਧਰੀਆਂ ਦੀ ਗਾਣਾ ਦੇ ਨੇ ਅਸਲਾਮ ਅਲੈਕਮ ਚੌਧਰੀ ਸਾਹਿਬ ਕੀ ਹਾਲ ਹੈ ਵਾਲੇਕਮ ਸਲਾਮ ਠੀਕ ਠਾਕ ਭਾਈ ਜਾਨ ਚੌਧਰੀ ਸਾਹਿਬ ਹੁੱਕੇ ਨੂੰ ਝੁੱਗਣ ਨੂੰ ਛੱਡੋ ਹਾਂ मेरा मसला हल करो दसो दसो मेरा बिरार हो गया है अच्छा वो आंदा पिया मैं घरे ना आज जावा ना घरे मैं कल लावा ईद मैं करनी है टालियां हटवाए थे अच्छा सिर्फ रोला बनया है सूट तो ये सूट मैं सिवात लिया आप वास्ते ठीक है ओदा के मैनू दे मैं कह नहीं मैं तई नहीं देना ओदा के मैं घर छट जांदा पिया ओ वाग गया ओ मेरे नाल चलो मना के देवो ते चलो जल्दे रहने ते मैनू इस गल दा पता तेरी गल मोड़दा नहीं तेरी बड़ी इज्जत करदा सारा जमाना मेरी इज्जत करदा है मेरा सोना बिरा नहीं उसल तैनू कोई नहीं के आंदा बिरा जिस तरह मैं घरे खड़ता आसु मेरा चंगा बिरा मैं तू निके आंदा है मेरा खिदा चानन मेरा कलेजे दी ठाड है मेरा दिल दा जानी मेरा मक्खन मेरा चिरबोल मेरा सोना बिरा ओरा देखे ना यार बड़े बड़े ली दे ते ए नवा सूट तू पावे मैं ते मियां कोई पुराने पुराने गात ले ओ मैं सूटा तेरे दा भूखा ले जा परा तेरे सूट दी मेरे को की औकात है तेरी की औकात है मैं तैनू की जानना जे मैं तेरी गल मननी होंदी तो मैं ओथे ही मान लेंदा तेरी गल नहीं मैं मननी जा बस ओ जलील दे बच्चे आ चौधरी आया खड़ोता है दसो ग भाई हां जी घरे जाना है के नहीं घरे नहीं जाना चौधरी साहब वेख ला मैं इलाके दा चौधरी हां मोर हुण मैं तेरे को दाने लेके खांदा रहना ओए मेरे मुलाजम कोण खोतन तमीज ला गल कर ओ चौधरी साहब तेरे मुलाजम कोल खोतन मैं इना को दाने लेके खांदा रहना और मैं अल्लाह की जमीन ते बैठा आ बाबियां दी टाली ऐठ बैठा तुहानू कोई तकलीफ है इस गल दी मैं इत्थे ही रहना बस हुण आपां तमलांगो कमाल चोरी साहब
ना तुम्हारी इज्जत है ना साड़ी इज्जत है। मेनू लैके जासे क्यों भाई तू मामा लगना मेनू लैके जासे या मैं तेरा जवाई हां जेड़ा तू मेरे ते रोब सटदा पे है। बदतमीज़ा मेरे नौकरां दे सामने ते बेइज्जती ना कर। मेरे वास्ते सारे ही मर गए चौधरी तू भी मर गया तेरे नौकर मर गए तू भी मर गया सारे मर गए मैं इत्थे कब्रिस्तान दे विच बैठा बस काम खत्म। ओए अम्मा दी भैया ई मेरे पुत्त नु घरे लाया हैं अम्मा भी मेरे वास्ते मर गई जेड़ी मेरा ख्याल नहीं रखदी ओ मेरे वास्ते मर गई है इवें समझ ले आ अम्मा दी कब्र है। अल्लाह का अम्मा दी कब्र बनाई खलाया मुजू आ डीवे आ तेरा लोनी भी पिया दी मैं तेरी समा मेरी समाणी ओ मेरी समाणी दी भी ऐसी दी तैसी इवें समझ आ मेरी मां दी कब्र आ निक्की जी नालों दी कब्र मैं उत्ते बैठा डीवे बाहर के इत्थे रख जा वाग जो मैं कोई नहीं आवणा ओ भाई जा बे दी दोया खला मैं लित्तर ला लड़े कावे चढ़दी पई है तैनू कावे चढ़े तू ला लित्तर मेरे कोल भी लित्तर है मैं तैनू मार लैसा तेरा बड्डा भाईजान तेरा घर वसदा पिया बस दो घर तबाह ना कर बैठा बौका देवे सा चला करे मस्ते घर दा बड़ा फिकर बणया खड़ोता है भाई ना एहसास कर रहे हैं भाईजान तेरा तू आ दा घर जाके वसा 3 साल हो गए तेरी सवानी रुसी होई नु पहले ओनु तो मना के ला कोई ओनु मैं आप ही नहीं लेउंदा ओंदे च औलाद ही नहीं होंदी चलो आओ चलिए चलो जी तमीज ना बैठा चलो चौधरी जी नहीं बंदा तुम्हारी कितो बनसी आओ तू शेर है तू मेरे नाल है तू मेरा सज्जा बाजू है मर गया था चौधरी साहब पुआंधी वाले ना बहो इत सिरंदी बहो इत मैं बाय गई चौधरी साहब इत बहो लित्तर मारे लित्तर कोई नहीं तेरे पैरां विच बड़ी वड्डा बिरा मैं हया आ जांदा है। मां जी बड़ी ओने बदतमीजी कीती है मां बड़ा समझाया है कि घर चंगा हुंदा है ईद वाले दिन नहीं रुसी दा हुंदा खुशी गमी नु काबू करी दा हुंदा है। अच्छा चौधरी साहब तू एवे आख्या हां ओ सगु तैन मुड़ की आख्या तू मैनू आदा मेरे घर वाले मेरे वास्ते मोए तो तू कौन है कमी कमीन मैं समझावन वाला मैं घरे आवा ती समझ घरे कुत्ता आया। अच्छा हां जी मतलब के चौधरी दी आख्या नहीं आया चौधरी दी आख्या नहीं मैं आख्या सूट लाए लाए ते मेरा बिरा इथे हुणे गले गात लाए ओदा के आप चलाओ ते तू ओनु मेरा नाम लवेंगे ओनु आखेंगे तेरी सवाणी मेनू गले ते फेर वेखी किवें आंदा आया ओ तेरा नाम ही लिया है अग्गे दा पिया आया अम्मा दी कबार है ता ना पे ना निक्की च मेरी सवाणी दी कबार मेरी सवाणी मार खप गई हां हां ओथे मेरी भी कबर नाल बनाई बैठा है इस काले मोले नु ते मैं पूछ नहीं है गया इंदी इन्नी जुरत मेनू मारी बैठा है चलो दी मान तो मार लवे ओंदा हक बनदा है मेरे तो केदा कैसी उन मैं जुतियां ना ला समझानी है जाके ओदा दा पिया मेरी सवाणी काली कावणी है कावणी सर दीवार कहां कहां करदी है कहां खांदी भी है मौला बख्श साहब ए गल्ला ने कीतियां नहीं होनियां जेड़ियां तू मेनू कीती जाना तू पाईए नु ना किलो ना कर पिया ना भाई ना कूड़े हजार बारी लाना तो मत कद कूड़ मारया ही नहीं निमाई बैठी क्या है जल्दी कर उठी चौधरी तेरी मेहरबानी तू आप ते घर जा बजाई जाना सानू कोई दस तो सही लही किधे जाना ਲਈ ਜਾਣਾ ਮੇਰਾ ਬਿਰਾ ਰਮਜ਼ੀ ਨਹੀਂ ਹੈ ਹਾਂ ਉਹ ਗਿਆ ਰੁੱਸ ਸਾਡੇ ਆਖੇ ਨਹੀਂ ਆਇਆ ਮੈਂ ਕਹੋ ਜਾਣੇ
ਬੋਲੇ ਬਖਸ਼ਾ ਗੱਲਾਂ ਛੱਡ ਤੇ ਜਲਦੀ ਨਾਲ ਉਹਨੂੰ ਲੈ ਕੇ ਆਈਏ ਬਾਕੀ ਗੱਲਾਂ ਉੱਤੇ ਕਰਦੇ ਕਾਹੇ ਮੂੰਹ ਵਾਲਿਆਂ ਨੂੰ ਮਨਾਵੇਣ ਜਾਉਂ ਮਾ ਜਮਨੀ ਗਿਆ ਤਾਂ ਹਾਂ ਇਹ ਗੱਲ ਹੈ ਹਾਂ ਠੀਕ ਹੈ ਤੇਰੀ ਇੱਜ਼ਤ ਸਹਾਇ ਕਰਦਾ ਹੈ ਅਗਾ ਡੋਰੋ ਓ ਡਿਬਰੀ ਹਾਂ ਜੀ ਇਹ ਤੂੰ ਬੜਾ ਚੰਗਾ ਕੀਤਾ ਜਿਹੜਾ ਆਦੇ ਘਰੋਂ ਮੰਜੀ ਚਾਕ ਲੈ ਆਂ ਆ ਨਾਲ ਦਾ ਘਰ ਉਸ ਨਾਲ ਮੰਜੀ ਦੀ ਕਿਹੜੀ ਗੱਲ ਸ਼ਾਬਾਸ਼ ਸ਼ਾਬਾਸ਼ ਓ ਆ ਤੇਰਾ ਸਾਰਾ ਟਬੋਰ ਆਇਆ ਖੜਾ ਲੱਗਦਾ ਤੂੰ ਮੇਰੇ ਫੁਲਕੇ ਤੋਂ ਟਾਂਗ ਆਇਆ ਖੜੋਤਾ ਓ ਨਹੀਂ ਤੇਰੀ ਸਵਾਣੀ ਵੀ ਹੈ ਤੇਰੇ ਨਾਲ ਹੋਣ ਵਾਲੀ ਵਰਜਾਈ ਵੀ ਹੈ ਤੇਰੀ ਮਾਂ ਵੀ ਹੈ ਨਾਲ ਫਲਕ ਸ਼ੇਰ ਵੀ ਹੈ ਕੋਈ ਗੱਲ ਨਹੀਂ ਆਪਾਂ ਕਿਸੇ ਤੋਂ ਡਰਦੇ ਕੋਈ ਨਹੀਂ ਗੱਲ ਮੰਨਣੀ ਆਪਾਂ ਕਿਸੇ ਦੀ ਵੀ ਨਹੀਂ ਅਸਲਾਮ ਅਲੈਕੁਮ ਵਾਲੇਕੁਮ ਸਲਾਮ ਸਲਾਮ ਤੇਰੇ ਜੱਲੇ ਵਾਲ ਵਾਲੇਕੁਮ ਸਲਾਮ ਕੀ ਹਾਲ ਹੈ ਵਰਜਾਈ ਹੋਣ ਵਾਲੀ ਹਾਂ ਵੀ ਪੁੱਤਰ ਕਿਉਂ ਰੁੱਸਿਆ ਬੈਠਾ ਹੈ ਐਵੇਂ ਰੁੱਸਿਆ ਬੈਠਾ ਸ਼ੂ ਗੱਲ ਤੂੰ ਸ਼ੁਗਲ ਤੂੰ ਨਹੀਂ ਅੱਗੇ ਲੱਗ ਤੇ ਚੱਲ ਆਦ ਕਰੇ ਅੱਛਾ ਉਹਦੀ ਕੀ ਵਜ੍ਹਾ ਹੈ ਜੀ ਉਹਦੀ ਵਜ੍ਹਾ ਹੈ ਵੀ ਸੁਬਾ ਈਦ ਹੈ ਤੇ ਤਰੁਸਿਆ ਬੈਠਾ ਚੰਗਾ ਲੱਗਦਾ ਮੈਂ ਈਦ ਇੱਥੇ ਹੀ ਮਨਾਵਾਂਗਾ ਇੱਥੇ ਹੀ ਈਦ ਮਨਾਵਾਂਗਾ ਇੱਥੇ ਹੀ ਰਵਾਂਗਾ ਬਸ ਮੇਰਾ ਹੁਣ ਡੇਰਾ ਹੀ ਹੋਏ ਮੇਰਾ ਖਾਣਾ ਪੀਣਾ ਸੌਣਾ ਜੀਣਾ ਮਰਨਾ ਇੱਥੇ ਮੇਰੇ ਵਾਸਤੇ ਇਹ ਸਾਰੇ ਘਰ ਦੇ ਜੀ ਮਰ ਚੁੱਕੇ ਮੈਂ ਇਕੱਲਾ ਹਾਂ ਸਮਝੀ ਮੇਰੀ ਗੱਲ ਸੁਣ ਪੁੱਤਰਾ ਮੈਂ ਤੇਰੀ ਮਾਂ ਮਾਤਾ ਆਈ ਬੈਠੀ ਆ ਤੂੰ ਕੋਈ ਸ਼ਰਮ ਕਰ ਤੂੰ ਕੋਈ ਹਿਆ ਕਰੋ ਤੂੰ ਮੈਨੂੰ ਮਗਰ ਧੱਕੇ ਖਵਾਇਂਦਾ ਵਾ ਨਾ ਤੇਰੇ ਮੂੰਹ ਤੇ ਗੱਲਾਂ ਚੰਗੀਆਂ ਨਹੀਂ ਪਾਉਂਦੀਆਂ ਤੇ ਮੈਂ ਆਈ ਬੈਠੀ ਆ ਤੂੰ ਟੋਰ ਘਰੇ ਚੱਲ ਗਏ ਮਾਂ ਮਾਤਾ ਜੀ ਮਾਤਾ ਜੀ ਤੁਹਾਨੂੰ ਮੈਂ ਉਸ ਘਰੇ ਵੀ ਨਗੇ ਆਉਂਦਾ ਪਿਆ ਆਸ ਉਸ ਵੀ ਤੂੰ ਮੈਨੂੰ ਰੋਕ ਸਕਦੀਆਂ ਪੁੱਤਰ ਨਾ ਜਾ ਘਰੋਂ ਬਾਹਰ ਨਾ ਜਾ ਮੈਂ ਤੇਰੀ ਮਾਂ ਮਾਤਾ ਹਾਂ ਮਾਤਾ ਉਸ ਤੈਨੂੰ ਨਹੀਂ ਨਗੇ ਆਉਂਦਾ ਪਿਆ ਮੇਰੇ ਹਿਸਾਬ ਵਿੱਚ ਤੂੰ ਮਾਤਾ ਨਹੀਂ ਕਾਲੀ ਮਾਤਾ ਹੈ ਤਾਂ ਤੇ ਘਰੇ ਚੱਲੀਏ ਲੋਕੀ ਮੈਨੂੰ ਗੱਲਾਂ ਕਰ ਸੈਣ ਮੇਰਾ ਨੱਕ ਵੜ ਸੈਣ ਅਕਸਨ ਵੱਡੇ ਦੇ ਖੁਦਾ ਤੇ ਪੁੱਤਰ ਕੋਈ ਨਹੀਂ ਆਇਆ ਤੁਸੀਂ ਪਹਿਲੀ ਵਾਰੀ ਆਇਆ ਤੇਰੇ ਕੋਲ ਆਖੇ ਲੱਗ ਜਾ ਮੇਰੇ ਪੁੱਤਰ ਨਾ ਤੁਸੀਂ ਬਾਹਰ ਵਾਲੀ ਵਾਰੀ ਆਏ ਹੋ ਨੇ ਮੈਂ ਆਖਰੀ ਵਾਰੀ ਮੈਂ ਨਹੀਂ ਅੰਮਾ ਫੇਰ ਮੈਂ ਗੱਤ ਤੋਂ ਚੱਲੀਏ ਇੱਕ ਮਿੰਟ ਅੰਮਾ ਓ ਯਾਰ ਇੱਧੇ ਵੇਖ ਆ ਮੇਰਾ ਸੌਰ ਆਇਆ ਖਲਾਇਆ ਤੇ ਆ ਤੇਰੀ ਹੋਣ ਦੇ ਵਰਜ ਆਈ ਆਈ ਖਰੀ ਹੁੰਦਾ ਮੂੰਹ ਵੇਖ ਵੇਖ ਲੈ ਜਾਓ ਇਹਨਾਂ ਨੂੰ ਦਫਨਾ ਦਿਓ ਯਾਰ ਐਡੀ ਬੇਤਕੀ ਆਈ ਓ ਜਿੰਦੇ ਜਗਦੇ ਨੂੰ ਦਫਨਾਉਂ ਮੈਂ ਅੱਛਾ ਬੇਟਾ ਗੱਲ ਸੁਣ ਮੈਂ ਬੱਗੀ ਦਾੜੀ ਨਾਲ ਆਇਆ ਖਾਂ ਤੇ ਕੋਈ ਹਯਾ ਕਰ ਤੇ ਮੇਰੇ ਨਾਲ ਵਗ ਜਾ ਮੈਂ ਆਪਣੇ ਹੋਮਨ ਵਾਲੇ ਬੰਦੇ ਦੀ ਤਰਫੋਂ ਮਾਫੀ ਮੰਗਣੀ ਆ ਤੇ ਨਾਲੇ ਮੇਰੀ ਗੱਲ ਮੰਨ ਜਾ ਤੇ ਭਾਈ ਜਾਨ ਮੈਂ ਤੁਹਾਡੀ ਬੜੀ ਇੱਜ਼ਤ ਕਰਨੀ ਆ ਜੇ ਤੂੰ ਇੱਜ਼ਤ ਨਾ ਕਰੇ ਤਾਂ ਮੇਰੀ ਇੱਜ਼ਤ ਨੂੰ ਕੀ ਫਰਕ ਪੈ ਜਾਣਾ ਉਹ ਮੇਰੀ ਫਿਰ ਵੀ ਸਾਰੇ ਜ਼ਮਾਨੇ ਨੇ ਇੱਜ਼ਤ ਕਰਨੀ ਜਿੰਨਾਂ ਨੇ ਕਰਨੀ ਹੈ ਤੇਰੇ ਇੱਜ਼ਤ ਕਰਨ ਨਾਲ ਮੇਰੀ ਕੋਈ ਵੀ ਸ਼ਾਨ ਵਿੱਚ ਫਰਕ ਪੈ ਜਾਣਾ ਬਤਾਓ ਮੈਂ ਵੀ ਤੇਰੀ ਦਾੜੀ ਇੱਜ਼ਤ ਕਰਦਾ ਜਾਂ ਜ਼ਮਾਨੇ ਦੇ ਹੱਥ ਕੇ ਤੇ ਜਾਨ ਨੂੰ ਟਿਚਾ ਲਈਏ ਅੱਲਾ ਮੈਂ ਹੁਣ ਜੇ ਤੇਰੀ ਗੱਲ ਨਾ ਮੰਨਾ ਤਾਂ ਮੋੜ ਤੇਰੀ ਮਾਂ ਮਾਤਾ ਜੋੜੀ ਖੋਤੀ ਆ ਤੇ ਬਾਜਿਆ ਘਰੇ ਦੇ ਵਰੀਨੇ ਵਾਲੇ ਦੇ ਨਾ ਰੋਸ ਕੇ ਬਾਏ ਅੰਮਾ ਗੱਲ ਸੁਣ ਲੈ ਮੇਰੀ ਤੇਰੀ ਪਹਿਲੀ ਗੱਲ ਵੀ ਮੈਂ ਕੋਈ ਨਹੀਂ ਮੰਨਣੀ ਤੇ ਤੇਰੀ ਆਖਰੀ ਵੀ ਮੈਂ ਕੋਈ ਨਹੀਂ ਮੰਨਣੀ ਜਾ ਸਕਦੀ ਮਾਈ ਮਾਰ ਤੇ ਮਗਰੂ ਲਾ ਜੇ ਤੇਰੇ ਨੱਕ ਨਾ ਹੋਏ ਨਾ ਘਰੇ ਆਣ ਕੇ ਨਾ ਵੜੀ ਮੈਂ ਤੇਰੀ ਕਿਤਨੀ ਮਿੰਤਾ ਕਿਤਨ ਦੇ ਰਹਿਣਾ ਤੇ ਕਾਲੇ ਮੈਂ ਉਹ ਸਾਰ ਦੇ ਵਿੱਚ ਵੇਖਣਾ ਵੀ ਨਹੀਂ ਚਾਹੁੰਦਾ ਲੱਖ ਲਾਨਾ ਤੇ ਮਾਈ ਤੁਸੀਂ ਸਾਰੇ ਜਾਓ ਇਹਨੂੰ ਮੈਂ ਲੈ ਕੇ ਆਣਾ ਉਹ ਤਰੀਕਾ ਮੈਂ ਤੇ ਮਲਾਪੇ ਕਰ ਆਇਓ ਰਾਮ ਦੇ ਅੱਖੇ ਲੱਗੀ ਮਾਂ ਦੇ ਕਿਨੂੰ ਨਾ ਲੱਗਦਾ ਪਿਆ ਤਾਂ ਸਵਾਣੀ ਦਾ ਅੱਖੇ ਲੱਗ ਕੇ ਕਿਹੜੇ ਰਾਮ ਦੇ ਮੈਂ ਅੱਖੇ ਲੱਗਾ ਮੈਂ ਇਹਨੂੰ ਕੀ ਜਾਣਨਾ ਬਾਜਾ ਬਾਜਾ ਅੱਖੇ ਲੱਗਾ ਮੈਂ ਬਾਜਾ ਜਾ ਚਾਚਾ ਤੂੰ ਵੀ ਨਾ ਮੈਂ ਜ਼ਬਾਨ ਨਾ ਮਾਰ ਅੰਮਾ ਦੇ ਨਾਲ ਪਿਆ ਅੰਮਾ ਦੇ ਨਾਲ ਜ਼ਬਾਨ ਮੈਂ ਕਿਸੇ ਦਾ ਰੰਨ ਨੂੰ ਵੀ ਨਹੀਂ ਜਾਣਦਾ ਚੱਲ ਬਾਜਾ ਚੱਲੀਏ ਚੱਲ ਮੈਂ ਰੰਨ ਨੂੰ ਵੀ ਨਹੀਂ ਜਾਣਦਾ ਚੱਲ ਰੰਨ ਨਿਕਲ ਜਾ ਆ ਜਾ ਮੈਂ ਰੰਨ ਰੰਨ ਬੜੀ ਵਧੀ ਹੈ ਹੈ ਵਧੀ ਹੈ ਤੂੰ ਕਿਉਂ ਆਖੇ ਰੰਨ ਬੜੀ ਵਧੀ ਹੈ ਕਿਉਂ ਆਖੇ ਅੱਛਾ ਹਾਏ ਤੇਨ ਇੱਜ਼ਤ ਰਾਸ ਨਹੀਂ ਮਤਲਬ ਹੋ ਗਿਆ ਤੇਰਾ ਮਾਰਦੀ ਪਈ ਤੇਰੀ ਸ਼ਰਮ ਮਾਰਾ ਨਾ ਤੋਰ ਕੀ ਕਰਾਂ ਓ ਮੈਂ ਤੇਰਾ ਬੰਦਾ ਹਾਂ ਤੇਰਾ ਖਾਵੰਦ ਤੇਰਾ ਜ਼ਖਮ ਅੱਛਾ ਜੁੱਤੀ ਪਾਣੀ ਹੈ ਕਿ ਇਹੋ ਜੁੱਤੀ ਹੁੰਦੇ ਨੇ ਦੁਬਾਰੇ ਮੂੰਹ ਦੇ ਮੋਰਾ ਡਿਬਰੀਆ ਹਾਂ ਇਹ ਥੋੜਾ ਜਗਾ ਹੋ ਕੇ ਮੈਨੂੰ ਛਡਾ ਐਵੇਂ ਡਿਬਰੀ ਛਡਾਵੇ ਉਧਾ ਉੱਠ ਠੀਕ ਹੈ ਮੈਂ ਜਾਣਾ ਕੋਈ ਗੱਲ ਨਹੀਂ ਓਏ ਅੰਮਾ ਮੈਂ ਤੇਰੀ ਗੱਲ ਦੇ ਆਖੇ ਲੱਗਾ ਮੈਂ ਤੇਰੀ ਗੱਲ ਮੰਨੀ ਗਈ ਮੈਨੂੰ ਨਾਲ ਲੈ ਚੱਲ ऐसी मजीद फनी वीडियोस देखने के लिए हमारे चैनल रचनावी टीवी को सब्सक्राइब करें।